ਸ਼੍ਰੋਮਣੀ ਅਕਾਲੀ ਦਲ, ਸੰਯੁਕਤ ਭਾਰਤੀ ਜਨਤਾ ਪਾਰਟੀ, ਲੋਕ ਕਾਂਗਰਸ ਪਾਰਟੀ ਵਿਧਾਨ ਸਭਾ ਹਲਕਾ ਫਿਲੌਰ ਦੇ ਉਮੀਦਵਾਰ ਦਮਨਵੀਰ ਸਿੰਘ ਫਿਲੌਰ ਦੇ ਹੱਕ ਵਿੱਚ ਸਰਵਨ ਸਿੰਘ, ਸਾਬਕਾ ਕੈਬਨਿਟ ਮੰਤਰੀ ਨੇ ਪਿੰਡ ਲਸਾੜਾ ਵਿਖੇ ਰਣਜੀਤ ਸਿੰਘ ਸਿੱਧੂ ਦੀ ਨਿਵਾਸ ਤੇ ਵਿਸ਼ਾਲ ਮੀਟਿੰਗ ਕੀਤੀ ਤੇ ਦਮਨਵੀਰ ਸਿੰਘ ਫਿਲੌਰ ਨੂੰ ਵੋਟਾਂ ਪਾਓ ਤੇ ਗੱਠਜੋੜ ਦੀ ਸਰਕਾਰ ਬਣਾਓ ਇਸ ਮੌਕੇ ਸਿਰੋਪਾਓ ਪਾ ਕੇ ਸਨਮਾਨ ਕੀਤਾ। ਇਸ ਮੌਕੇ ਰਣਜੀਤ ਸਿੰਘ ਸਿੱਧੂ ਪ੍ਰਧਾਨ, ਅਵਤਾਰ ਸਿੰਘ ਨੰਬਰਦਾਰ, ਦਵਿੰਦਰ ਸਿੰਘ ਬੱਬੂ, ਹੰਸਰਾਜ ਰਾਣਾ ਠੇਕੇਦਾਰ, ਬਲਵੀਰ ਸਿੰਘ ਤੇ ਆਗੂ ਪਾਰਟੀ ਵਰਕਰ ਤੇ ਪਿੰਡ ਵਾਸੀ ਹਾਜ਼ਰ ਸਨ। ਸ਼ਾਹ ਨਿਊਜ਼ ਤੋਂ ਕੈਮਰਾਮੈਨ ਡਿੰਪਲ ਦੇ ਨਾਲ ਅਜੇ ਸਿੰਘ ਨਾਗੀ ਦੀ ਰਿਪੋਰਟ। ਇੱਕੋ ਹੀ ਹੈ ਜੀ ਵੀ ਵੋਟ ਜਿਹੜੀ ਆ ਸੋਚ ਸਮਝ ਕੇ ਪਾਏ। ਕੈਂਡੀਡੇਟ ਸਭ ਨੇ ਖੜੇ ਕੀਤੇ, ਸਾਰੀਆਂ ਪਾਰਟੀਆਂ ਦੇ ਹੱਕ ਆ ਸਾਰਿਆਂ ਦਾ, ਪਰ ਸਭ ਤੋਂ ਵੱਡੀ ਤਾਕਤ ਵੋਟਰਾਂ ਕੋਲ ਆ, ਜਿਹੜੀ ਵੋਟ ਆ ਇਹਦੇ 'ਚ ਆ ਸ਼ਕਤੀ। ਵੀ ਤੁਸੀਂ ਆ ਪਿਛਲਾ ਰਾਜ ਵੀ ਦੇਖ ਲਿਆ 5 ਸਾਲਾਂ ਦਾ, ਵੀ ਜਿਹੜੇ ਲੋਕਾਂ ਨੇ MLA ਤਾਂ ਬਣੇ ਨਹੀਂ ਸੀ, ਪਰ MLA ਬਣ ਤੋਂ ਬਗੈਰ ਸਰਕਾਰ ਦੀ ਤਾਕਤ ਨਾਲ ਜਿਹੜੀ ਇੱਥੇ ਨੁਮਾਇੰਦਗੀ ਕੀਤੀ ਆ ਉਹਦੇ 'ਚ ਕੀ ਨਹੀਂ ਹੋਇਆ। ਉਹ 'ਚ ਸ਼ਰਾਬ ਵੀ ਵਿਕੀ ਨਜਾਇਜ਼, ਉਹ 'ਚ ਗੈਰ ਮਾਈਨਿੰਗ ਵੀ ਹੋਈ, ਇੱਥੇ ਲੁੱਟਾਂ ਖੋਹਾਂ ਵੀ ਆ, ਕਤਲ ਵੀ ਹੋਏ ਇੱਥੇ, ਪਰ ਕਿਸੇ ਨੇ ਕੋਈ ਉਹਨਾਂ ਦੀ ਪਰਵਾਹ ਨਹੀਂ ਕੀਤੀ, ਕੋਈ ਬੋਲਿਆ ਨਹੀਂ ਉਹਨਾਂ ਦੇ ਖਿਲਾਫ਼। ਵਿਰੋਧੀ ਧਿਰ ਦਾ ਹੱਕ ਹੁੰਦਾ ਜਦੋਂ ਲੋਕਾਂ 'ਤੇ ਨਜਾਇਜ਼ ਧੱਕਾ ਹੋਵੇ ਉਹਦੇ ਖਿਲਾਫ਼ ਬੋਲੇ, ਪਰ ਕੋਈ ਬੋਲਿਆ ਨਹੀਂ। ਕਿਉਂ ਇਸ ਕਰਕੇ ਜੇ ਤਾਂ ਉਹ ਗੈਰ ਕਾਨੂੰਨੀ ਕੰਮ ਠੀਕ ਸੀ ਤਾਂ ਉਹਨਾਂ ਨੂੰ ਵੋਟ ਪਾ ਦਿਓ, ਜੇ ਉਹ ਗਲਤ ਸੀ ਤਾਂ ਸੋਚ ਕੇ ਵੋਟ ਜਿਹੜੀ ਆ ਉਹ ਦਮਨਵੀਰ ਨੂੰ ਟੈਲੀਫੋਨ 'ਤੇ ਨਿਸ਼ਾਨ ਦਿਓ। ਤੁਸੀਂ ਵੀ ਉਸੇ ਪਾਰਟੀ ਦੇ ਵਿੱਚ ਪਹਿਲਾਂ ਰਹੇ ਆ ਜੀ? ਤੁਸੀਂ ਵੀ ਪਹਿਲਾਂ ਕਾਂਗਰਸ ਵਿੱਚ ਰਹੇ ਆ? ਮੈਂ 5 ਸਾਲ ਰਿਹਾ ਪਰ ਮੈਨੂੰ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ, ਮੈਨੂੰ ਤਾਂ ਕਿਸੇ ਮੀਟਿੰਗ 'ਚ ਵੀ ਨਹੀਂ ਸਕਦੇ ਸੀ, ਇਹ ਗੱਲ ਨਹੀਂ ਸੀ। ਕਾਰਗੁਜ਼ਾਰੀ ਜਿਹੜੀ ਸਰਕਾਰ ਦੀ ਸੀ ਉਹ ਚਲਾਉਂਦਾ। ਤੁਹਾਡਾ ਕਹਿਣ ਦਾ ਮਤਲਬ ਤੁਹਾਨੂੰ ਅਣਗੌਲਿਆ ਕੀਤਾ ਤਾਂ ਤੁਸੀਂ ਪਾਰਟੀ ਛੱਡੀ ਹੈ? ਮੈਨੂੰ ਅਣਗੌਲਿਆ ਨਾਲ ਨਹੀਂ, ਮੈਨੂੰ ਪਾਰਟੀ ਨੇ ਅਣਗੌਲਿਆ ਕੀਤਾ ਜਾਂ ਨਾ ਕੀਤਾ, ਮੇਰੇ ਸਾਹਮਣੇ ਮੇਰਾ ਪੰਜਾਬ ਆ ਅਤੇ ਜਿਹੜੇ ਆਪਸ ਵਿੱਚ ਹੀ ਲੜੀ ਜਾਂਦੇ ਆ, ਹਾਲੇ ਵੀ ਲੜੀ ਜਾਂਦੇ ਆ, ਅਤੇ ਉਹ ਲੋਕ ਦੇਸ਼ ਨੂੰ ਕਿੱਦਾਂ ਬਚਾ ਲੈਣਗੇ, ਪੰਜਾਬ ਨੂੰ ਕਿੱਦਾਂ ਬਚਾ ਲੈਣਗੇ? ਮੈਂ ਪੰਜਾਬ ਦਾ ਭਵਿੱਖ ਦੇਖ ਕੇ ਫੈਸਲਾ ਕੀਤਾ। ਕਿਹਦਾ ਕਾਰਨ ਕੋਈ ਕਿਹੜੀ ਤੁਸੀਂ ਪਾਰਟੀ ਦਾ ਕਹਿੰਦੇ ਆ? ਇਹਦੇ 'ਚ ਸੰਯੁਕਤ ਸ਼੍ਰੋਮਣੀ ਅਕਾਲੀ ਦਲ ਆ, ਸਾਡੀ ਸਪੋਰਟ 'ਤੇ ਭਾਰਤੀ ਜਨਤਾ ਪਾਰਟੀ ਵੀ ਆਈ ਆ ਅਤੇ ਉਹਨਾਂ ਦੀ ਸਪੋਰਟ 'ਤੇ ਅਸੀਂ, ਸਾਰੀ ਦੁਨੀਆ ਨੂੰ ਪਤਾ। Right now and press the bell icon. Never miss an update.